ਇਹ ਭਜਾਨ ਨੂਰ ਮਹਿਲ ਦਾ ਪਾਰਕਿੰਗ ਏਰੀਆ ਤੁਸੀਂ ਦੇਦੇ ਪਏ ਦੂਰ ਦੂਰ ਤੱਕ ਗੱਡੀਆਂ ਪਾਰਕ ਥੀਆਂ ਖੜੇ ਨੇ ਜਿਹੜੇ ਲੋਕ ਹੀ ਜ਼ਿਆਦਾ ਵਿਜ਼ਿਟ ਕਰ ਗਏ ਉਹਨਾਂ ਕੋ ਬਖੂਬੀ ਅੰਦਾਜ਼ਾ ਥੀ ਗਿਆ ਸੀ ਤੇ ਮੈਂ ਕਿਹੜੀ ਜਾਤ ਆਇਆ ਖਣਾ ਜਿਹੜੇ ਲੋਕ ਕਹਿੰਦੇ ਥੀ ਕਿ ਉਹਨਾਂ ਕੋ ਮੈਂ ਦੱਸਿੰਦਾ ਵਾਂ ਕਿ ਇਹ ਬਹਾਵਲਪੁਰ ਦੀ ਮਸ਼ਹੂਰ ਜਗ੍ਹਾ ਨੂਰ ਮਹਿਲ ਹੈ ਜਿੱਥੇ ਕਰ ਮੈਂ ਆਇਆ ਖਣਾ ਇੱਥੇ ਨੂਰ ਮਹਿਲ ਦੇ ਨਾਲ ਘੋੜੇ ਦੀ ਸਵਾਰੀ ਕਰਨ ਦੇ ਵਦਨ ਲੋਕ ਨੂਰ ਮਹਿਲ ਦੇ ਬਿਲਕੁਲ ਸਾਹਮਣੇ स्पेशल कुल्फी वाला 1872 ਦੇ ਵਿੱਚ ਇੱਕ ਇਟਲੀ ਦਾ ਮਹਾਰਾਜਾ ਜੈਂ ਕੋ ਬਣਵਾਇਆ ਹੈ ਤੇ ਉਹਦੇ ਬਾਅਦ ਨਵਾਬ ਬਹਾਵਲਪੁਰ ਦੇ ਅੰਡਰ ਵਿੱਚ ਇਹ ਚੀਜ਼ ਰਹਿ ਗਈ ਹੈ ਹੁਣ ਅੱਜ ਕੱਲ ਪਾਕਿਸਤਾਨ ਆਰਮੀ ਦੇ ਅੰਡਰ ਵਿੱਚ ਅਗਰ ਤੁਸੀਂ ਇਥਾਂ ਗਰਾਂ ਦੇਵੇ ਤਾਂ ਕੂੜਾ ਸੱਟਣ ਦੇ ਉਤੇ 500 ਰੁਪਏ ਦਾ ਜੁਰਮਾਨਾ ਖਿਆਲ ਕਰੇ ਨਵਾਬ ਬਹਾਵਲਪੁਰ ਦੀ ਪੁਰਾਣੀ ਗੱਡੀ ਅੰਦਰ ਵਾਲੀ ਸਾਈਡ ਤੋਂ ਪੂਰਾ ਐਂਬੂਲੈਂਸ ਵਾਲਾ ਸਟਰਕਚਰ ਹੈ ਵੈਸਟਰਨ ਬੇਸਮੈਂਟ ਮਗਰਬੀ ਤਹਿਖਾਨਾ ਆਓ ਡੁਲੂ ਦੇਖਦੇ ਹਾਂ ਕਿਆ ਹੈ ਛੋਟੇ ਛੋਟੇ ਬਲਬ ਲੈ ਲਾਤੇ ਬਿਲਕੁਲ ਅੰਧਾਰਾ ਅੰਦਰੋਂ ਬਹੁਤ ਪੁਰਾਣੀ ਤਸਵੀਰ ਹੈ ਜਿਹਦੇ ਵਿੱਚ ਇੱਕ ਮੁਲਾਜ਼ਮਾ ਘੜਾ ਚਾ ਦਿਖਣੀ ਅਗਰ ਇਹ ਪੁਰਾਣੀ ਤਸਵੀਰ ਨੂੰ ਦੇਖੋ ਤਾਂ ਇੱਕ ਮੁਲਾਜ਼ਮਾ ਖਾਣਾ ਚਾ ਕੇ ਬਲਾਈ ਮੰਜ਼ਰ ਤੇ ਰਹਿੰਦੀ ਪਈ ਹੈ ਲੇਕਿਨ ਇਹ ਬਾਅਦ ਤੇ ਇਹ ਜਗ੍ਹਾ ਬੰਦ ਕਰ ਦਿੱਤੀ ਗਈ ਹੈ ਅਗਰ ਈ ਕਮਰੇ ਦੀ ਤੁਹਾਨੂੰ ਹਿਸਟਰੀ ਦੱਸਾਂ ਤਾਂ ਈ ਜਾ ਦੇ ਉੱਤੇ ਖਵਾਤੀਨ ਜਿਹੜੀਆਂ ਹਨ ਆਰਾਮ ਫਰਮਾਈਆਂ ਹਨ ਉਹ ਕਮਰਾ ਤੋਂ ਬੜੀ ਖਾਸ ਹੈ ਜਿਹਨੇ ਭਾ ਬਲਦੀ ਹੈ ਉਹਦੇ ਨਾਲ ਇਹ ਜਿਹੜੀ ਹੈ ਇਹ ਬਵਰਚੀ ਹੈ ਸ਼ਾਹੀ ਖਾਨਦਾਨ ਦੀ ਇਹ ਚੀਜ਼ ਨੂੰ ਤੁਸੀਂ ਮੈਚ ਕਰ ਸਕਦੇ ਵੇ ਉਹ ਤੁਹਾਨੂੰ ਜਾਗਾ ਨਜ਼ਰ ਦੀ ਪਿਓ ਸੀ ਇਹ ਜਗ੍ਹਾ ਵੇ ਇਹ ਜਿਹੜੀ ਮੈਡਮ ਤੁਸੀਂ ਦੇਦੇ ਪਏ ਨਾ ਹੈੱਡ ਨੂੰ ਕਰਾਉਣੀ ਆਉਂਦੀ ਹੈ ਉਹਨਾਂ ਦੀ ਅੱਛਾ ਇਹ ਕਮਰਾ ਖਾਸ ਤੌਰ 'ਤੇ ਡਰੈਸਿੰਗ ਰੂਮ ਦੇ ਤੌਰ 'ਤੇ ਇਸਤੇਮਾਲ ਦਿੰਦਾ ਹੈ ਜਿੱਥਾਂ ਕੇਰ ਲੇਡੀਜ਼ ਮੇਕਅਪ ਕਰੇਂਦੀਆਂ ਹਨ ਜਿੱਥਾਂ ਕੇਰ ਖਾਣਾ ਖਾਵਣ ਕਿਤੇ ਇਸਤੇਮਾਲ ਕੀਤਾ ਜਾਂਦਾ ਹੈ ਪੁਰਾਣੇ ਦੌਰ ਦੀ ਕੋਈ ਮਸ਼ੀਨ ਹੈ ਕਿ ਕਿਹਦੀ ਮਸ਼ੀਨ ਹੋ ਸੀ ਕਿ ਮੇਰੇ ਖਿਆਲ ਫੋਟੋ ਕਾਪੀ ਮਸ਼ੀਨ ਹੈ ਉਦੋਂ ਲਿਖਿਆ ਕਰੇ ਬੈਡ ਪਰ ਬੈਠਣੇ ਕੀ ਇਜਾਜ਼ਤ ਨਹੀਂ ਬਿਰਾ ਬੈਦ ਤਸਵੀਰਾਂ ਚਿਕਵੇ ਨਾ ਬੈਠ ਗੁੱਡ ਸਾਹਮਣੇ ਤਸਵੀਰ ਲੱਗੀ ਖੜੀ ਹੈ ਕੈਦ ਆਜ਼ਮ ਦੀ ਸਨੋਕਰ ਖੇਡਣ ਵਾਲੀ ਇਹ ਸਨੋਕਰ ਇਹ ਹੁਣ ਕਿਆ ਪਤਾ ਨਵਾਬ ਸਾਹਿਬ ਦਾ ਸ਼ੌਕ ਹੀ ਸਨੋਕਰ ਖੇਡਣ ਦਾ ਜਾਂ ਇਹਨੇ ਖੁਦ ਆ ਕੇ ਰੱਖ ਦਿੱਤੀ ਹੈ ਇਹ ਚੀਜ਼ ਦਾ ਇੱਥੇ ਜ਼ਿਆਦਾ ਮਸਲਾ ਹੈ ਹਾਲਾਂਕਿ ਉੱਥੇ ਲਿਖਿਆ ਵੀ ਹੋਵੇ ਕਿਸੇ ਚੀਜ਼ ਕੋ ਹੱਥ ਲਗਾਉਣ ਦੀ ਇਜਾਜ਼ਤ ਨਹੀਂ ਲੱਗਣ ਵੱਲ ਵੀ ਸਾਡੇ ਸਿਰ ਹੈ ਕਿ ਬਿਰਾ ਆ ਕੇ ਹੱਥ ਲਾਉਣ ਦੀ ਕੋਸ਼ਿਸ਼ ਕਰਨ ਕੌਣ ਹੀ ਵਜ੍ਹਾ ਤੋਂ ਬਾਈ ਨਾਰਾਜ਼ ਥੀਂਦੇ ਪਿਆ ਇਹ ਨਵਾਬ ਸਾਹਿਬ ਦੀ ਬਚਪਨ ਕਲੇ ਗਿਣ ਕੇ ਤੇ ਜਵਾਨੀ ਤੱਕ ਔਰ ਬੁਢਾਪੇ ਤੱਕ ਇਹ ਨਵਾਬ ਸਾਹਿਬ ਦੀਆਂ ਤਸਵੀਰਾਂ ਲੱਗਿਆ ਕਰਨ 1965 ਦੇ ਵਿੱਚ ਹੀ ਕਈ ਕਈ ਤਸਵੀਰ ਇਹ ਪੂਰਾ ਏਰੀਆ ਜਿਹੜਾ ਹੈ ਇਹਦੇ ਵਿੱਚ ਨਵਾਬ ਸਾਹਿਬ ਦੇ ਪੰਜਮ ਜਿਹੜਾ ਹੈ ਉਹਦੀ ਤਸਵੀਰਾਂ ਲੱਗਿਆ ਕਰਨ ਬਚਪਨ ਕਲੇ ਗਿਣ ਕੇ ਬੁਢਾਪੇ ਤੱਕ ਔਰ ਜਿਹੜਾ ਉਹਨੇ ਕਈ ਸੈਲੀਬ੍ਰਿਟੀਜ਼ ਨਾਲ ਕਈ ਖਾਸ ਬੰਦੇ ਦੇ ਨਾਲ ਅਗਰ ਤਸਵੀਰਾਂ ਬਣਾਉਣੇ ਦੱਸੋ ਪੁਰਾਣੇ ਜ਼ਮਾਨੇ ਦਾ ਕੈਮਰਾ ਜਿਹਦੇ ਨਾਲ ਤਸਵੀਰਾਂ ਸਿੱਖਣੀਆਂ ਇੱਥੇ ਕੁਲੈਕਸ਼ਨ ਲਾ ਦਈਏ ਇੱਥੇ ਅਗਰ ਕੋਈ ਪਰਚੇਜ਼ ਕਰਨਾ ਚਾਹੇ ਤਾਂ ਇੱਥੋਂ ਕੇਰ ਪੈਸੇ ਨਾਲ ਪਰਚੇਜ਼ ਕਰ ਸਕਦੇ ਕੀਮਤਾਂ ਮੈਂ ਤੁਹਾਨੂੰ ਦਿਖਾ ਦੇਣਾ ਇਹ ਜੋਮੈਟਰੀ ਬੋਕਸ ਦਿਖਾ ਰਹੇ ਡੱਬਾ ਲਾਤੇ ਬੋਕਸ ਲਾਤੇ 550 ਰੁਪਏ ਕੀਮਤ ਹੈ ਮਜ਼ਾਰ ਕੈਦ ਦਾ ਇੱਕ ਸਟਰਕਚਰ ਬਣਿਆ ਲਾਤੇ
इनकी कीमत है 550 रुपये। शेर बना ला थे 1700 रुपये। ये छोटे छोटे लकड़ी के हाथी बने ला थे 500 रुपये। ये सारा सेटअप बना पे, ये सेटअप किस चीज़ का बना पे इतना केर हूँ थोड़ी देर के बाद तबले वगैरह तो बांसरी का इतना केर प्रोग्राम अरेंज किया गया तो ये हूँ शुरू थी। वैसे बैठक तबले का शो से तकरीबन 7 बजे शुरू थी ना पे उतना केर साउंड लगे पे 5 मिनट शुरू थी। वैसे साउंड वगैरह लग गए हूँ शुरू थी। वैसे जफर प्रेमी साउंड वगैरह भाई मैंने ऊ साइड से तबला नवाज बैठे शरीर प्यास लगी दी तो घंटे पानी पीते से बैटरी बिल्कुल एंड थी बना लिए। बड़ा पुरसकून माहौल ही था, दिल नहीं करना वापस वन से। ई साइड तक अगर तुम देखो तो ई साइड उत्ते होटल है सौगात के नाँ तो, बड़ा VIP होटल है, वह भी नूर महल के अंदर है। यही नूर महल का अंदरूनी मंजर जरा किसों को आप वीडियो करना शेयर किते। अगर वीडियो पसंद आई हो तो वीडियो को लाइक कराया, चैनल को सब्सक्राइब कराया चाहे वाल इंशाल्लाह नवी वीडियो में मुलाकात थी। फेसबुक पर शेयर कराया चाहे। अल्लाह हाफिज़।